ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਸਰਕਾਰ ਨੇ ਆਵਾਮ ਨੂੰ ਖੁਸ਼ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਨੇ ਜਿਸ ਦੇ ਚੱਲਦੇ ਕੱਲ ਬੀਤੀ ਸ਼ਾਮ ਪੰਜਾਬ ਕੈਬਨਿਟ ਦੀ ਸੱਦੀ ਗਈ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ। ਮੀਟਿੰਗ ਦੀ ਅਗਵਾਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤੀ। ਮੀਟਿੰਗ ਦੇ ਵਿੱਚ ਸਾਰੇ ਵਿਭਾਗਾਂ 'ਚ ਖਾਲੀ ਪਈਆਂ 12,700 ਅਸਾਮੀਆਂ ਨੂੰ ਭਰਨ ਦੇ ਹੁਕਮ ਦੇ ਦਿੱਤੇ ਗਏ ਨੇ। ਜਿਹੜੇ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਹੋਏ ਆ ਉਹਦੇ ਵਿੱਚ ਇੱਕ ਤਾਂ 12,747 ਜਿਹੜੀਆਂ ਵੱਖ ਵੱਖ ਮਹਿਕਮੇ ਜਿਹਦੇ ਵਿੱਚ ਪੁਲਿਸ ਵੀ ਹੈ, ਇਰੀਗੇਸ਼ਨ ਵੀ ਹੈ, ਟੈਕਨੀਕਲ ਐਜੂਕੇਸ਼ਨ ਵੀ ਹੈ, ਬਾਕੀ ਡਿਪਾਰਟਮੈਂਟ ਵੀ, ਉਹਨਾਂ ਦੀਆਂ ਜਿਹੜੀਆਂ ਵੱਖ ਵੱਖ ਕੈਟੇਗਰੀ ਦੇ ਮੁਲਾਜ਼ਮਾਂ ਦੀਆਂ ਪੋਸਟਾਂ ਖਾਲੀ ਸੀਗੀਆਂ ਉਹਨਾਂ ਨੂੰ ਜਿਹੜਾ ਭਰਤੀ ਕਰਨ 'ਤੇ ਉਹਦੀ ਪ੍ਰਵਾਨਗੀ ਦਿੱਤੀ। ਠੀਕ ਹੈ। ਇਸ ਤੋਂ ਇਲਾਵਾ ਹੈਲਥ ਡਿਪਾਰਟਮੈਂਟ ਨੂੰ ਵੀ ਉਹਨਾਂ ਨੇ 200 ਮੈਡੀਕਲ ਅਫਸਰ ਵੀ ਭਰਤੀ ਕਰਨੇ ਆ। ਕੁਛ ਉਹਨਾਂ ਦੇ ਹੋਰ ਅਲੱਗ ਅਲੱਗ ਕੈਟੇਗਰੀਆਂ ਦੇ ਮੁਲਾਜ਼ਮ ਹੈ ਉਹ ਇਸ ਤੋਂ ਅਲੱਗ ਹੈ, ਉਹਨਾਂ ਦੀ ਵੀ ਭਰਤੀ ਦੀ ਜਿਹੜੀ ਪ੍ਰਵਾਨਗੀ ਹੈ ਉਹ ਕੈਬਨਿਟ ਨੇ ਜਿਹੜੀ ਹੈ ਉਹ ਦੇ ਦਿੱਤੀ ਹੈ। ਇੱਕ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨੇ ਫੀਡਬੈਕ ਲੈਣ ਵਾਸਤੇ ਸਾਰੇ ਜਿਹੜੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ 125 ਫੀਡਬੈਕ ਅਫਸਰ ਭਰਤੀ ਕਰਨੇ ਆ, ਔਰ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਾਂ ਉਹਦੀ ਫੀਡਬੈਕ ਲੈਣ ਵਾਸਤੇ ਕਾਲ ਸੈਂਟਰ ਅਸਟੈਬਲਿਸ਼ ਕਰਨਾ ਗਵਰਨਮੈਂਟ ਆਫ ਇੰਡੀਆ ਦੀਆਂ ਜਿਹੜੀਆਂ ਏਜੰਸੀਆਂ ਦੇ ਨਾਲ ਰਲ ਕੇ ਉਹਦੀ ਵੀ ਪ੍ਰਵਾਨਗੀ ਜਿਹੜੀ ਹੈ ਉਹ ਅੱਜ ਦੀ ਕੈਬਨਿਟ ਨੇ ਦਿੱਤੀ।